हेलो, मेरा नाम चौधरी रजिंदर नेचर हैगा ते मैं पंडोरी नेचर दा जट हैगा। एडी जड़ी ना अपने पहला तरी ब्रह्म के बेटे बनना हैगा। ब्रह्म जड़ी सृष्टि सारी हैगी ये ब्रह्म दी हैगी। आदम जड़ा सीगा वो ब्रह्म ने पैदा किया सीगा। इस करके पहला तरी आदमी दे पुत्र बनो, फिर तरी ParBrahm ਦੇ ਪੁੱਤਰ ਬਣੋਗੇ। ਇਹ ਕੱਚਾ ਪਿਓ ਹੈਗਾ, ਉਹ ਪੱਕਾ ਪਿਓ ਹੈਗਾ। ਇਹ ਬੀਜ ਹੈਗਾ, ਇਹ ਬੀਜੋਗੇ ਤਾਂ ਫਿਰ ਪੌਦਾ ਬਣੇਗਾ। ਪੌਦਾ ਫਲ ਲਿਆਵੇਗਾ, ਬੀਜ ਨਹੀਂ ਫਲ ਲਿਆਵੇਗਾ। ਇਸ 'ਤੇ ਜਦੋਂ ਮੈਂ ਕਿਹਾ ਨਾ ਮੈਂ ਜੱਟ ਹੈਗਾ, ਇਹ ਬੀਜ ਜਿਹੜਾ ਹੈਗਾ ਮੈਂ ਬੀਜਣਾ ਹੈਗਾ ਧਰਤੀ 'ਚ, ਭੂਮੀ ਮਾਰਨੀ ਹੈਗੀ। ਜਦੋਂ ਸਤਿਗੁਰੂ ਅੰਗਦ ਦੇਵ ਜੀ ਨੇ ਮਰਵਾਈ ਸੀ, ਲੋਕਾਂ ਤੋਂ ਕਿਸ਼ਤੀਆਂ ਕਰਾਉਂਦੇ, ਸਭ ਕੁਛ ਕਰਾਉਂਦੇ ਸੀ, ਨਿਆਣੇ ਉਹਨਾਂ ਦੇ ਘੜੇ ਭੰਨ ਦਿੰਦੇ ਸੀਗੇ। ਉਹ ਸੱਚਾ ਵਚਨ ਬੋਲ ਨਹੀਂ ਸੀ ਬੋਲਦੇ ਉਹਨਾਂ ਨੂੰ, ਤੇ ਇਸ ਹੋਮੇ ਹੰਬਲ ਤੇ ਹੋਮੇ ਜਦੋਂ ਦੋਨੋਂ ਮਰ ਜਾਣ, ਫਿਰ ਤੁਸੀਂ ਰਾਮ ਰਾਜੇ ਚ ਵੱਧ ਜਾਈਏ। ਰਾਮ ਰਾਜੇ ਦਾ ਜਦੋਂ ਨਾ ਉਹ ਆਏਗਾ, ਇੱਥੇ ਕੀ ਹੋਮੇ ਮਾਰਨੀ ਤੁਸੀਂ, ਇੱਥੇ ਬੀਜ ਕੇ ਪੌਦਾ ਬਣਾਉਣਾ। ਪੌਦੇ ਨੂੰ ਇਹ ਰਾਹ ਨਜ਼ਰ ਆਉਂਦਾ ਹੈਗਾ, ਪੀੜਾ ਰਾਹ, ਇਹ ਨੀਵਾਂ ਅਤੇ ਪੀੜਾ ਇੱਕੋ ਹੀ ਆਦਮੀ ਜਾ ਸਕਦਾ। ਇਹ ਫਿਰ ਇੱਥੇ ਰਾਮ ਰਾਜੇ 'ਚ ਜਾਂਦਾ ਹੈਗਾ। ਇੱਥੇ ਤੁਹਾਡੀ ਰੂਹ ਦਾ ਸੰਬੰਧ ਹੈਗਾ, ਜਿਸਮ ਦਾ ਵੀ ਹੈਗਾ। ਇੱਥੇ ਕੋਈ ਔਰਤ ਨਹੀਂ ਗੀ, ਕੋਈ ਆਦਮੀ ਨਹੀਂ ਹੈਗਾ, ਨਾ ਹੋਰ ਕੁਛ ਨਹੀਂ ਹੈਗਾ। ਇੱਥੇ ਪਾਬਰਮ ਦੇ ਰੂਹਾਂ ਦਾ ਮੇਲ ਹੈਗਾ। ਰੂਹ ਜਿਹੜੀ ਹੈਗੀ ਪਾਬਰਮ ਦਾ ਪੁੱਤਰ ਹੈਗੀ। ਇਸੇ ਕਰਕੇ ਪਹਿਲਾਂ ਸਤਿਗੁਰੂ ਜੀ ਦੇ ਨੇ ਉਹਨਾਂ ਨੂੰ ਫਿਸ਼ਰ ਦਾ ਮੈਨ ਬਣਾਇਆ ਸੀ। ਉਹ ਮੈਨ ਇਹ ਹੈਗੇ ਨੇ ਜਿਹੜੇ ਜਿਹਨਾਂ ਨੂੰ ਰੂਹ ਦੇ ਪਿਓ ਦਾ ਪਤਾ ਹੈਗਾ। ਉਹ ਫਿਰ ਸਤਿਗੁਰੂ ਅਮਰਦੇਵ ਜੀ ਦੇ ਹੱਥ ਫੜਾਏ, ਉਹਨਾਂ ਨੇ ਉਹਨਾਂ ਦੀ ਦੁੱਧ ਦਾ ਭਰਨੀ ਹੋਈ ਸੁਰਤੀ ਆ ਗਈ ਹੈਗੀ। ਹੁਣ ਪੈਸੇ ਬਣਨ ਪਖੰਡੀ ਨਾ ਬਣੋ, ਹੁਣ ਤੁਸੀਂ ਗੁਰਮੁਖ ਬਣੋ। ਉਹਨਾਂ ਫਿਰ ਸਤਿਗੁਰੂ ਰਾਮਦਾਸ ਜੀ ਨੇ ਹੱਥ ਫੜਾਏ, ਉਹਨਾਂ ਫਿਰ ਸਤਿਗੁਰੂ ਅਰਜਨ ਦੇਵ ਜੀ ਨੇ। ਇੱਦਾਂ ਹੈਗਾ ਆਪਣੀ ਜਿਹੜੀ ਸਿੱਖੀ ਹੈਗੀ ਇਹ ਕਾਮਲ ਹੈਗੀ, ਜਿਹੜੀ ਕੋਈ ਕਸਰ ਨਹੀਂ ਛੱਡੀ, ਅਤੇ ਇਹ ਹੈਗੀ ਕੰਟੀਨਿਊਏਸ਼ਨ ਆਫ ਕ੍ਰਿਸਚੈਨਿਟੀ। ਪਹਿਲਾਂ ਸਤਿਗੁਰੂ ਦੁਨੀਆਂ 'ਚ ਜੀਰੇ ਸੀਗਾ, ਦੂਜਾ ਆਉਣਾ ਜਿਹੜਾ ਹੈਗਾ ਜੀਰੇ ਦਾ ਉਹ ਸਤਿਗੁਰੂ ਨਾਨਕ ਹੈਗੇ। ਇਹ ਜਿਹੜਾ ਹਰਿਮੰਦਰ ਸੀ ਇਹ ਪਹਿਲਾਂ ਜਰੂਸਲਮ ਹੁੰਦਾ ਸੀਗਾ, ਅਤੇ ਇਹਨੂੰ 70 ਸਾਲਾਂ 'ਚ ਫਿਰ ਇਕੱਠਾ ਸੀਗਾ, ਅਤੇ ਇਹਦੇ ਆਲੇ ਦੁਆਲੇ ਪਰਦਾ ਹੁੰਦਾ ਜਿਹੜੇ ਜੀਰੇ ਨੇ ਪਾਲਿਆ ਸੀਗਾ। ਸ਼ਬਦ ਰਹੀ ਸ਼ਬਦ ਬਲਾਵਾ ਹੋਵੇ, ਅਤੇ ਮੈਂ ਇੱਕ ਬੈਨਰ ਵੀ ਬਣਾਇਆ ਹੈਗਾ ਜਿਹੜਾ ਕਿ ਗੁਰਦੁਆਰੇ ਜਾਂ ਚਰਚਾਂ 'ਚ ਲੱਗਣਾ ਚਾਹੀਦਾ ਹੈਗਾ, ਅਤੇ ਉਹ ਵੀ ਵਿੱਚ ਮੈਂ ਰੈਫਰੈਂਸ ਲਿਆ ਗਾ ਤੁਹਾਡੀ ਵੀਡੀਓ ਦੀ। ਅਤੇ ਇਹ ਬੜੀ ਖੁਸ਼ੀ ਹੋਈ ਕਿ ਸਾਊਥ ਸ਼ੀਲ ਵਿੱਚ ਇੱਕ ਗੁਰਦੁਆਰਾ ਹੈਗਾ ਜਿਹਨਾਂ ਨੇ ਕੋਈ ਗ੍ਰੰਥੀ ਵਗੈਰਾ ਨਹੀਂ ਕੁਛ ਨਹੀਂ ਲਿਖਿਆ, ਸਾਰੇ ਲੋਕ ਆਪ ਸੇਵਾ ਕਰਦੇ ਨੇ, ਅਤੇ ਆਪ ਹੀ ਉਹ ਸਾਰੀ ਲੰਗਰ ਸਭ ਕੁਛ ਆਪ ਚਲਾਉਂਦੇ ਨੇ। ਇਹ ਹੈਗਾ ਆਈਡੀਅਲ, ਜਿਹੜਾ ਵਾਧੂ ਹੋਵੇ ਨਾ ਲੰਗਰ, ਉੱਥੇ ਹਰਿਮੰਦਰ ਸਾਹਿਬ ਸਰੋਵਰ 'ਚ ਪਾ ਦਿੰਦੇ ਸੀ, ਬੱਚਿਆਂ ਨੂੰ ਖਾਣ ਦੇ ਦਿੰਦੇ ਸੀਗੇ, ਯਾਨੀ ਕਿ ਸ਼ਾਮ ਨੂੰ ਭਾਂਡੇ ਰਾਤ ਨੂੰ ਫਿਰ ਭਾਂਡੇ ਮੂੰਹ 'ਤੇ ਮਾਰ ਦੇਣੇ, ਅਤੇ ਸਵੇਰੇ ਲੋਕਾਂ ਨੇ ਜੋ ਲਿਆਉਣਾ ਉਹ ਪੱਕਣਾ, ਉਹੀ ਸੰਗਤਾਂ ਨੇ ਖਾਣਾ। ਅਤੇ ਇਹ ਹੁੰਦੀ ਆਪਣੇ ਸਭ ਆਪਣੇ ਮੇਲ, ਜਿਹੜਾ ਜਾਤੀ ਦਾ ਹੁੰਦਾ ਨਾ ਵੇਚੂ ਦਾ ਹੈਗਾ, ਚਮਾਰ ਹੈਗਾ ਜੇ ਜੱਟ ਹੈਗਾ, ਇਹ ਭੰਨ ਜਾਂਦੇ ਹੈਗਾ, ਉਹਦੇ ਕੋਈ ਇਹ ਜਾਤੀ ਦਾ ਨਹੀਂ ਹੁੰਦਾ ਗੁਰਦੁਆਰੇ 'ਚ, ਬਾਹਰ ਹੁੰਦੇ ਜਾਤੀ ਦੇ, ਗੁਰਦੁਆਰੇ 'ਚ ਨਹੀਂ। ਗੁਰਦੁਆਰਾ ਜਿਹੜਾ ਹੈਗਾ ਉਹ ਪਾਰਬ੍ਰਹਮ ਦਾ ਅਸਥਾਨ ਹੈਗਾ, ਉਹ ਬ੍ਰਹਮਾ ਦਾ ਅਸਥਾਨ ਨਹੀਂ ਹੈਗਾ। ਮੰਦਰ 'ਚ ਹੁੰਦੇ, ਮੰਦਰ ਹੁੰਦੇ ਨੇ, ਕੋਈ ਚੂੜਿਆਂ ਦਾ ਹੋਏ, ਚਮਾਰਾਂ ਦਾ, ਕੋਈ ਜੱਟਾਂ ਦਾ ਹੋਏ, ਇੱਦਾਂ। ਪਰ ਇਹ ਜਿਹੜਾ ਗੁਰਦੁਆਰਾ ਹੁੰਦਾ ਕਿਸੇ ਦਾ ਨਹੀਂ ਹੁੰਦਾ, ਇਹ ਪਾਰਬ੍ਰਹਮ ਦਾ ਹੁੰਦਾ ਹੈਗਾ।
ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਤੁਹਾਡੇ ਇੱਕ ਦਿਲ 'ਚ ਨਿਕਲਦੀਆਂ ਨੇ, ਦੂਰੋਂ ਨੇ ਕਿਤਾਬਾਂ 'ਚ ਨਹੀਂ ਪੜ੍ਹੀ ਲਿਖਦੀਆਂ। ਕਿਤਾਬਾਂ 'ਚ ਲੋਕਾਂ ਨੇ ਲਿਖ ਲਿਖ ਕੇ ਨਾ ਆਪਣੀਆਂ ਵਿੱਚ ਛੁੱਟੂਲੇ ਪਾ ਕੇ ਨਾ ਅਤੇ ਵੇਚਣ ਲਈ ਉਹਨਾਂ ਨੇ ਕੀਤਾ ਵੀ ਜ਼ਿਕਰ ਕੀਤਾ। ਇਹ ਕਲਯੁੱਗ ਖੱਤਰੀਆਂ ਦਾ ਹੈਗਾ, ਖੱਤਰੀ ਲਾਲਚੀ ਹੈਗੇ ਨੇ ਅਤੇ ਇਹ ਕਰਕੇ 22 ਮੰਜੇ ਡਾ ਕੇ ਬਹਿ ਗਿਆ ਸੀ ਬਾਬਾ ਬਕਾਲੇ, ਜਿੱਥੇ ਕਿ ਸੱਚਾ ਜਿਹੜਾ ਸੀ ਸਤਿਗੁਰੂ ਉਹਨੇ ਪ੍ਰਗਟ ਹੋਣਾ ਸੀਗਾ। ਅਤੇ ਮੱਖਣ ਸਾਹਿਬ ਲਵਾਰੀ ਨੇ ਸੁਰਤੀ ਦਾ ਫਿਰ ਉਹਨਾਂ ਨੂੰ ਲੱਭ ਲਿਆ ਸੀਗਾ। ਇਹ ਸਮਾਂ ਸੁਰਤੀ ਦਾ ਹੈਗਾ, ਪਵਨ ਆਰੰਭ, ਪਵਨ ਦਾ ਹੁੰਦਾ ਵੀ ਹਵਾ, ਯਾਨੀ ਕਿ ਤੁਸੀਂ ਕੋਈ ਕਿਤਾਬ ਜੀ ਕਿਤਾਬ ਜੀ ਉੱਥੇ ਇਹ ਆਰਾਮ ਨਾਲ ਜੀ ਜਾਂਦੀ, ਬਾਈਬਲ ਵਗੈਰਾ ਥੱਲੇ ਰਹਿ ਜਾਂਦੀਆਂ ਨੇ। ਉੱਪਰ ਜਿਹੜਾ ਪਵਨ ਚੜ੍ਹਦਾ ਹੈਗਾ, ਪਵਨ ਹੁੰਦੀ ਹੋਲੀ ਸਪਿਰਿਟ, ਪਵਨ ਆਰੰਭ ਸਤਿਗੁਰ ਮੱਤ ਵੇਲਾ। ਸਤਿਗੁਰ ਦਾ ਹੈਗਾ ਜਿਹੜਾ ਆਹ ਹਰਿਮੰਦਰ ਹੈਗਾ, ਹਰਿਮੰਦਰ ਜਿਹੜਾ ਪੁਜਾਰੀ ਹੈ ਕਹਿੰਦਾ ਜਿਹੜਾ ਅੰਤਰ ਉਹ ਸਤਿਗੁਰ ਹੈਗਾ, ਅੰਤਰ ਸਤਿਗੁਰ ਰਾਜੀਏ ਜੀਵਾ ਜਪੇ ਨਾਮ। ਸਤਿਗੁਰ ਮੱਤ ਵੇਲਾ ਸ਼ਬਦ ਗੁਰੂ ਸੁਭਤ ਚੇਲਾ, ਇਹ ਹੈਗਾ ਸਮਾਂ। ਅਤੇ ਗ੍ਰੰਥੀ ਅੱਖਰ ਦੀ ਕੋਈ ਨਹੀਂ, ਗ੍ਰੰਥੀ ਮਨਮੁੱਖ ਹੈਗਾ, ਉਹ ਆਪ ਮਨਮੁੱਖ ਚ ਤੁਹਾਨੂੰ ਗੁਰਮੁਖ ਸਲਾਹ ਬਣਾ ਦੇਗਾ। ਉਹਨੂੰ ਤਾਂ ਪੈਸਾ ਚਾਹੀਦਾ ਹੈਗਾ, ਪੈਸਾ ਉਹਨੇ ਤੁਹਾਡੀ ਪੂਛੇ ਚ ਪੂਛ ਕੱਟਣੀ ਹੈਗੀ। ਇਹ ਬੜਾ ਸ਼ੈਤਾਨ ਹੁੰਦਾ ਹੈਗਾ, ਨਿਸ਼ਨਾ ਬਣ ਕੇ ਉਹ ਸਭ ਕੁਝ ਜਾਣਦਾ ਹੈਗਾ, ਜੋ ਖੋ ਰਿਹਾ ਹੈਗਾ ਚੁੱਪ ਕਰ ਲੈਂਦਾ ਹੈਗਾ, ਲੜਨ ਦੀ ਉਹਨਾਂ ਨੂੰ ਆਪਸ ਵਿੱਚ। ਅਤੇ ਕਈ ਚੀਜ਼ਾਂ ਨੇ ਜਿਹੜੀਆਂ ਕਿ ਗਲਤ ਹੋ ਰਹੀਆਂ ਨੇ ਅੱਜ ਕੱਲ੍ਹ, ਤੋ ਉਹ ਤੁਸੀਂ ਹੌਲੀ ਹੌਲੀ ਸੁਧਾਰ ਲਵੋ ਸੁਰਤੀ ਨਾਲ। ਅਤੇ ਮਜ਼ਬੂਰ ਨੇ ਵੀ ਹੈਗਾ, ਅਤੇ ਮੈਂ ਇੱਥੇ ਛੋਟਾ ਜਿਹਾ ਵੀਡੀਓ ਵੀ ਬਹੁਤ ਹੈਗਾ, ਅਤੇ ਹੋਰ ਕੋਈ ਜਾਣਕਾਰੀ ਹੋਵੇ ਤਾਂ ਮੈਨੂੰ ਪਤਾ ਕਰੋ ਅਤੇ ਮੈਂ ਤੁਹਾਨੂੰ ਦੱਸਾਂਗਾ। ਮੈਂ ਰੈਡਿੰਗ ਰਹਿੰਦਾ, ਦੂਰ ਨਹੀਂ ਰਹਿੰਦਾ, ਅਤੇ ਬੜੀ ਖੁਸ਼ੀ ਹੋਏਗੀ ਤੁਹਾਡੇ ਨਾਲ ਗੱਲ ਕਰਕੇ।